ਦੋਸਤੋ ਸਾਰਿਆਂ ਦੋਸਤਾਂ ਅਜ਼ੀਜ਼ਾਂ ਕੀ ਮਾਈਂਦਰਫੋ ਅਸਲਾਮੁਅਲੈਕਮ ਉਸਤਾਦ ਤੇਡੀ ਇਹ ਚੈਨਲ ਤੁਸਾਂ ਦਾ ਆਪਣਾ ਹੈ ਮੈਂ ਆ ਜਾਇਆ ਹਾਂ ਜਨਾਬ ਥੇ ਔਰ ਨਾਲ ਇਧਰ ਸੈਜਦਾ ਦੀ ਤੰਗਦੇ ਹੈ ਅਸਾਂ ਪਿੰਡੈਰੀ ਦਰਬਾਰ ਪਰ ਆਏ ਆਂ ਇਹ ਕਬਰ ਹੈ ਬਜ਼ੁਰਗਾਂ ਦੀ ਔਰ ਇਹ ਕਦੀਮ ਤੂ ਇਹ ਇਹ ਜਗਾ ਹੈ ਯਾਨੀ ਇਹ ਬੁੰ ਮਸਜਿਦ ਹੈ ਇੱਕ ਉਹ ਕਾਫੀ ਟਾਈਮ ਤੋਂ ਮਤਲਬ ਤਖਤੀ ਮੇ ਤਕੀ ਉਹ ਮਸਜਿਦ ਵੀ ਤੁਸਾਂ ਕੀ ਦਸਾਂ ਨਾਲ ਇਧਰ ਬੁੰ ਇੱਕ ਡੈਮ ਹੈ ਪਾਣੀਆਲਾ ਇਹ ਮਲਕ ਸਫਦਰ ਉਹਨਾਂ ਬਨਾਇਆ ਸਾ ਅੱਲਾ ਉਹਨਾਂ ਦੀ ਜ਼ਿੰਦਗੀ ਦੇ ਅੱਲਾ ਉਹਨਾਂ ਦੀ ਸਿਹਤ ਹੈ ਤੇ ਨਾਲ ਪਿੱਛੇ ਬਹੁਤ ਸੋਹਣੀ ਸਨਰੀ ਹੈ ਇਸ ਪਿੱਛੇ ਬੈਕ ਸਾਈਡ ਦਾ ਬਹੁਤ ਅੱਛੀ ਥੱਲੇ ਡੰਗਰ ਵੀ ਜੜੇ ਚਰਾਣੇ ਤੇ ਪੁਰਾਣੀ ਸਕਾਫਤ ਯਾਨੀ ਤੁਸਾਂ ਕੀ ਥਾ ਨਜ਼ਰ ਐਸੀ ਕਿ ਪੁਰਾਣੀ ਸਕਾਫਤ ਨਹੀਂ ਇਹ ਦਰਬਾਰ ਹੈ ਪੁਰਾਣੇ ਦੌਰ ਨਹੀਂ ਦਰਬਾਰ ਹੈ ਜਿੱਲੇ Hindu ਔਰ Musalman ਇੱਕ ਹੋਣੇ ਸੀ ਔਰ ਉਸਲੇ ਇਹ ਪਾਕਿਸਤਾਨ ਬੜਨੇ ਤੋਂ ਬਾਅਦ ਫਿਰ ਅਗੈ ਮਕਬਰਾ ਸ਼ਕਰ ਇੱਥੇ ਬਣਿਆ ਤੇ ਪਹਿਲੇ ਮਤਲਬ ਹੈ ਇੱਥੇ ਨਾਲ ਉੱਪਰ ਕਾਫੀ ਜਗ੍ਹਾਆਂ ਸੀ ਜਿਥੇ ਇਹ ਦੂ ਵਸਨੀਕ ਰਹੇ ਉਥਾ ਉਹ ਫੀਕਰਾਂ ਤਾਂ ਉਹ ਘੜੇ ਤਾਂ ਉਹ ਸਕਾਫਤ ਅੱਜ ਵੀ ਮਿਲਨੀ ਪੀ ਤਾਂ ਦੋਸਤੋ ਇਹ ਇਹ ਜੀ ਚੀਜ਼ਾਂ ਬਾਵਾ ਪਿੰਡਾਂ ਦੀ ਸਰਕਾਰ ਨਹੀਂ ਹੈ ਕਬਰ ਹੈ ਕਬਰ ਮੁਬਾਰਕ ਹੈ ਇਹਨਾਂ ਦੀ ਤਾਂ ਉਹ ਕੁਝ ਸਹੀ ਆਖਿਆ ਸਾ ਵਲੀ ਅੱਲਾ ਦੇ ਮਰਦੇ ਨਹੀਂ ਕਰਦੇ ਪਰਦਾ ਪੋਹੀ ਕੀ ਹੋਇਆ ਜੇ ਦੁਨੀਆ ਤੂੰ ਟੁਰ ਗੇ ਨਾਲ ਖਮੋਸ਼ੀ ਇਹ ਵਲੀ ਅੱਲਾ ਐਸੀ ਚੀਜ਼ਾਂ ਆ ਕਿ ਇਹ ਮਰਨੇ ਲਈ ਇਹ ਸਿਰਫ ਅਸਾਂ ਦੁਨੀਆ ਸੂ ਪਰ ਦਾ ਪੋਸ਼ੀ ਕਰਨੇ ਇਹ ਮਰਨੇ ਨਹੀਂ ਅਸਲ ਚ ਇਹਨਾਂ ਦੀ ਜ਼ਿੰਦਗੀ ਸਾਰੇ ਸੂ ਅਜੀਬ ਜੀ ਜ਼ਿੰਦਗੀ ਹੋਣੀ ਔਰ ਅੱਲਾਹ ਨੇ ਬੜੇ ਕਰੀਬ ਹੋਣੇ ਅੱਜ ਵੀ ਅਸਾਂ ਇੱਥੇ ਆਸਨੇਆ ਦੁਆ ਮੰਗਣੇ ਆ ਆਪਣੀ ਜਿਹੜੀ ਕੋਈ ਖੈਰ ਅਸਾਂ ਕੋਈ ਮੰਗਣੇ ਆ ਬਚਾ ਕੋ ਸਕੇ ਜ਼ਰੂਰਤ ਹੈ ਕੋਈ ਕਿ ਦੌਲਤ ਨਹੀਂ ਕੋਈ ਮੰਗਣਾ ਲੇਕਿਨ ਇਹ ਵਲੀ ਅੱਲਾਹ ਐਸੇ ਵੀ ਜਿਹੜੇ ਇਹ ਦੁਆ ਕਰਨੇ ਕਿ ਯਾ ਮੌਲਾ ਇਹ ਮਦਾ ਮਾੜੇ ਕੋ ਲਾਇਆ ਤਾਂ ਮਾੜੇ ਵਸੀਲੇ ਨਾਲ ਇਸਨੀਆਂ ਰਹਿਮਤਾਂ ਇਸਨੇ ਪਰ ਨਜ਼ੂਲ ਹੋਣ ਔਰ ਇਸਨੀਆਂ ਮੁਸ਼ਕਲਾਂ ਆਸਾਨ ਫਰਮਾ। ਇਹ ਹੁਣ ਤੁਸਾਂ ਕੀ ਅੱਗੇ ਬੰਦ ਦਸਨੇ ਆ ਡੈਮ ਹੈ ਪਾਣੀਆਂ ਵਾਲਾ। ਇਹ ਤੱਕੋ ਦੋਸਤੋ ਡੈਮ ਪਾਣੀਆਂ ਵਾਲਾ। ਕੀ ਬਾਤ ਹੈ ਇਹ ਇਥੇ ਮਾਲ ਮੋਸ਼ੀ ਵੀ ਔਰ ਇਥੇ ਮੱਛੀਆਂ ਵੀ ਛੁੜੀਆਂ ਹਨ ਮਲਕੁਰਾਂ ਵਿੱਚ। ਤਾਂ ਇਹ ਪਾਰ ਇਹ ਸਭ ਸਿੰਦਰੀ ਉਹ ਪਾਰ ਜਾਣਾ ਕੋਈ ਡੰਗਰ ਚਲਾਣਾ ਪਿਆ। ਇਹ ਪੁਰਾਣੀ ਸਕਾਫਤ ਹੈ ਯਾਨੀ ਇਹ ਸਾਡੇ ਪਠਵਾਰ ਨਹੀਂ ਕਲਚਰ ਔਰ ਸਕਾਫਤ ਹੈ ਕਿ ਜਿਹੜੀ ਅਸਾਂ ਤੁਸਾਂ ਕੀ ਅੱਜ ਇੱਥੇ ਦੱਸਨੇ ਆ ਪੇ ਤੇ ਅੱਲਾ ਖੈਰ ਕਰੇ ਤੁਸਾਂ ਕੀ ਗੱਪ ਵੀ ਸੁਣਾਸਾਂ ਇੱਕ ਇਸ ਹਵਾਲੇ ਨਾਲ ਯਾਨੀ ਪੁਰਾਣੇ ਦੌਰ ਨਹੀਂ ਗੱਪ ਵੀ ਸੁਣਾਸਾਂ ਤੁਸਾਂ ਕੀ ਲੇਕਿਨ ਇਹ ਪਹਿਲੇ ਤੁਸਾਂ ਕੀ ਸਿਨਰੀ ਥੋੜੀ ਜੀ ਦੱਸਨੇ ਆ ਪੇ ਕਿ ਇਹ ਸਕਾਫਤੀ ਇਹ ਗਰਾਂ ਆ ਪਾਰ ਸਾਹਮਣੇ ਇਸ ਨੇ ਨਾਲ ਪਲੋਟ ਗਰਾਂ ਆ ਸਾਲਾ ਉਹ ਵੀ ਯਾਨੀ ਬਹੁਤ ਪੁਰਾਣਾ ਗਰਾਂ ਆ ਪਲੋਟ ਕੁਸੇ ਜ਼ਮਾਨੇ ਵਿੱਚ ਉਥੇ ਸਾਬਰ ਭਾਈ ਸਾਬਰ ਉਹ ਰੋਣੇ ਸੀ ਅੱਲਾ ਉਹਨਾਂ ਕਿ ਉਹ ਜਾਨ ਚੰਗਾ ਕਰਿਆ ਚੌਧਰੀ ਪਿੰਨੂ ਔਰ ਨਸਤਾਰ ਬਜਾਣੇ ਹੁਣ ਸੇ ਅਸਾਂ ਨਿੱਕੇ ਨਿੱਕੇ ਹੋਣੇ ਸੀ ਤਾਂ ਅਸਾਂ ਇੱਕ ਕਿਸਮ ਨੇ ਉਹਨਾਂ ਕੋਲੋਂ ਵੀ ਬੇਗਤਾ ਇਸ ਤੱਕੀ ਭਾਈ ਦਾ ਉਹਨਾਂ ਕੋਲੋਂ ਸਿੱਖਿਆ ਫਿਰ ਉਹ ਬਾਜ ਦਬੇਸ਼ੇ ਚਲੇ ਗਏ ਚੌਧਰੀ ਪਿੰਨੂ ਜਿਹਾ ਅੱਲਾ ਉਹਨਾਂ ਕਿ ਸੇ ਦੈ ਜਿਹਾ ਉਹ ਸਟਾਰਟਿੰਗ ਸ਼ਿਰਖਵਾਨੀ ਨਹੀਂ ਕੀਤੀ ਸੀ ਨੇ ਤਾਂ ਇਹ ਭਾਈ ਸਾਬਰ ਔਰ ਨਾਲ ਉਹਨਾਂ ਨੇ ਸਤਾਰ ਬਜਾਣੇ ਸੀ ਇੱਕ ਗਜ਼ਨਫਰ ਔਰ ਨਾਲ ਸਾ ਅਲਫ ਜੱਚੂ ਉਹ ਬਿਚਾਰਾ ਫੌਤ ਹੋਈਆ ਮਿਊਜ਼ਿਕ ਸੈਂਟਰ ਸਾਜ਼ ਗੁਜਰਖਾਨ ਉਹ ਕੜਾ ਬਜਾਣਾ ਔਰ ਸਾ ਮੈਂ ਵੀ ਕਾਫੀ ਟਾਈਮ ਇਹਨਾਂ ਨਾਲ ਜਾ ਤੇ ਇਹ ਉਪਰ ਪਲੋਟ ਗਰਾ ਆ ਸਾਹਮਣੇ ਹੋਰ ਤੁਸੀਂ ਕੀ ਗੱਪ ਸੁਣਾਣਾ ਮੈਂ ਇਸੇ ਹਵਾਲੇ ਨਾਲ ਕਿ ਜਣੇ ਦੋ ਭਰਾ ਸੇ ਤੇ ਉਹ ਕੋਈ ਮਾੜਾ ਵਕਤ ਉਹਨਾਂ ਉਪਰ ਆ ਗਿਆ ਤੇ ਇੱਕ ਭਰਾ ਦੂਹੇ ਗਿਆ ਕਿ ਆਉਸਾ ਕਿਆ ਯਾਰਾ ਦੂਹੇ ਕੁਸਾ ਮੁਲਕਾ ਜੁਲਾ ਇਥਾ ਆਪਣੇ ਮੁਲਕਾ ਤੇ ਭੁਖੀ ਹੈ ਤੇ ਦੂਹੇ ਮੁਲਕਾ ਚੋ ਚਲੇ ਗਏ ਉਹ ਕੋਈ ਉਸਲਾ ਸ਼ਿਪਾ ਸ਼ਿਪਾ ਦਾ ਦੌਰ ਵੀ ਘਟ ਸੀ ਪੈਦਲ ਕੋਈ ਬਾਰਡਰ ਕਰਾਸ ਕਰੀ ਕੇ ਨਾ ਤੇ ਕੁਸਾ ਮੁਲਕਾ ਜੇ ਕਿਸੀ ਬੜੇ ਉਥੇ ਬਾਦਸ਼ਾ ਜਿਸੜਾ ਉਥੇ ਨੇ ਬੰਦਿਆਂ ਤੱਕਿਆ ਉਹ ਨਾਖੇ ਉਪਰੇ ਜੀ ਉਹ ਨਪੌੜੀ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤੇ ਤੇ ਬਾਦਸ਼ਾਹ ਪੁੱਛਿਆ ਕਿ ਕਥੂ ਆਏ ਹੋ ਤੋ ਆਖਣ ਲਗੇ ਅਸਾਂ ਮਸ਼ਰਕ ਨੇ ਪਾਸੂ ਆਏ ਆ ਮਸ਼ਰਕ ਨੇ ਅਸਾਂ ਬਹੁਤ ਬੜੇ ਪਹਿਲਵਾਨ ਆ ਮਸ਼ਰਕ ਨੇ ਪਾਸੇ ਨੇ ਤ ਲੱਤਾਂ ਮਾੜੇ ਅਰ ਕਿੜ ਕਿੜ ਕਰਨ ਪੀਆ ਤ ਬਾਦਸ਼ਾਹ ਪੁੱਛਿਆ ਹੁ ਜਿਆ ਤੁਸੀਂ ਪਹਿਲਵਾਨ ਤਰੇ ਹੋ ਪਰ ਇੱਕ ਕੰਡੀਸ਼ਨ ਤੁਸਾਂ ਨਹੀਂ ਬੜੀ ਪੀੜੀ ਵੀ ਉਹ ਆਖਿਆ ਸਰ ਜੀ ਗੱਲ ਇਹ ਹੈ ਬਾਦਸ਼ਾਹ ਸਲਾਮਤ ਅਸਾਂ ਕੀ ਭੁੱਖੇ ਨਹੀਂ ਮਾਰ ਪਈ ਵੀ ਤੇ ਤੁਸਾਂ ਅਸਾਂ ਕੀ ਅਜ਼ਮਾਓ ਇੱਕ ਦਫਾ ਕੁਸ਼ਤੀ ਵਿੱਚ ਅਸਾਂ ਗੇ ਬਾਦਸ਼ਾਹ ਸਕਾਫਤੀ ਬੰਦਾ ਸਾ ਉਸਨੇ ਕੋਲ ਆਪਣੇ ਪਹਿਲਵਾਨ ਸੇ ਉਸਾਂ ਕਿਹਾ ਚਲੋ ਇਨਾਂ ਦੀ ਕੀ 15 ਦਿਹਾੜੇ ਮਹੀਨਾ ਇਨਾਂ ਕੀ ਦੇਣੇ ਆ ਰੈਸਟ ਕਰਨੇ ਖਾਣ ਪੀਣ ਤੇ ਇਨਾਂ ਨਾਲ ਕੋਈ ਸ਼ਗਲ ਕਰਾਣੇ ਆ ਆਪਣੇ ਬੰਦੇ ਜਿਹੜਾ ਆਪਣਾ ਉਸਨੇ ਪਹਿਲਵਾਨ ਰੱਖਿਆ ਅਸਾਂ ਨੇ ਜਣੇ ਖਾਈ ਖਾਈ ਦੋਸਤੋ ਔਰ ਸੂਬਾ ਸ਼ਾਮੀ ਚੰਗੇ ਖਾਣੇ ਮਿਲਣ ਬਕਰੇ ਦੇ ਗੋਸ਼ਤ ਮੁਰਗਾ ਮੋਟਾ ਗੋਸ਼ਤ ਨਾਰਸੇਮੀਆਂ ਇਹ ਵੋਕ ਹੈ ਭਇਆ ਖਾਈ ਖਾਈ ਤੇ 7 ਗ੍ਰਾਹ ਕਰੋੜ ਉਹਨਾਂ ਨੇ ਖਰਾਟੇ ਸੁਣਾਏ ਨਾ ਕੋਈ ਉਹਨਾਂ ਡੈਂਟ ਕੜਿਆ ਨਾ ਬੈਟਕਾਂ ਕੜੀਆਂ ਨਾ ਕੋਈ ਪ੍ਰੈਕਸਿਡ ਕੀਤੀ ਉਹਨਾਂ ਕਿਹੜਾ ਪੇਣਾ ਜ਼ਾ ਉਹਨਾਂ ਦਾ ਆਪਣੀ ਜਾਨ ਬਣਾਣੀ ਸੀ ਕੋਈ 15 ਦਿਹਾੜਿਆਂ ਬਾਅਦ ਬਾਦਸ਼ਾਹ ਆਖਿਆ ਭਾਈ ਤੂੰ ਸਤਿਆਰ ਹੋ ਹੈ ਜੀ ਤਿਆਰ ਉਹ ਜਿਹੜਾ ਬੰਦਾ ਬਾਦਸ਼ਾਹ ਕੋਲ ਸਈ ਨਾ ਉਹ ਕਹਿੰਦਾ ਕੁਸ਼ਤੀ ਮਹਿਰ ਕੁਸ਼ਤੀਗਰ ਉਸ ਆਪਣਾ ਬੰਦਾ ਇੱਕ ਮਲਸ਼ੀ ਭੇਜਿਆ ਉਸ ਆਖਿਆ ਜਾ ਉਹਨਾਂ ਕੋਲ ਪੁੱਛ ਭਈ ਤੂੰ ਦਾ ਕਿਤਨੇ ਜਾਣਦੇ ਹੋ ਉਸ ਆਖਿਆ ਜੀ ਅਸਾਂ 100 ਦਾ ਜਾਣਣਾ ਉਸ ਮਤਲਬ ਹੈ ਬਾਦਸ਼ਾਹ ਨੇ ਜਿਹੜਾ ਉਹ ਸਾਨੂੰ ਉਹ ਕਹਿਣਾ ਹੈ ਵਜ਼ੀਰ ਵਜ਼ੀਰ ਉਸ ਆਖਿਆ ਅਸਾਂ 100 ਮਤਲਬ ਹੈ ਜਾਣਨੇ ਆ ਜੀ ਦਾ ਉਸ ਆਖਿਆ ਜੀ ਤੁਸੀਂ ਕਿੰਨੇ ਜਾਣਦੇ ਹੋ ਉਸ ਆਖਿਆ ਜੀ ਅਸਾਂ 101 ਦਾ ਜਾਣਦੇ ਆ ਉਸ ਆਖਿਆ ਜੀ ਚਲੋ 100 ਤੋਇਆ ਤੇ 101 ਕਿਹੜਾ ਹੈ ਉਸ ਆਖਿਆ ਜੀ 101 ਦਾ ਇਹ ਹੈ ਕਿ ਜਿਹੜਾ ਮਾਰਨੇ ਨਾਲ ਪਹਿਲਵਾਨਾਂ ਨੇ ਪਹਿਲੇ ਨਾਸਾਂ ਸੜਨੀ ਆ ਉਸਨੇ ਤੋ ਬਾਅਦ ਉਸਨੇ ਨਬਜ਼ਾਂ ਬੰਦ ਹੋਣੀਆਂ ਫਿਰ ਜੱਗ ਮੂਹ ਜੀ ਛੁੱਟੀ ਪੈਣੀ ਉਹ ਬੇਸਾਕਤਾ ਮਰੀ ਗਸਣਾ ਜਿਲਾ ਉਸ ਬੰਦੇ ਗੱਛੀ ਮਾਲਸ਼ੀਆ ਦਸਿਆ ਹੋ ਸਾਕਿਆ ਯਾਰਾ ਗੱਲ ਇਹ ਹੈ ਕਿ ਇਹ ਜਿਹੜੀ ਤੁਸਾਂ ਕੀ ਇੱਕ ਦਾਹ ਜਿਹੜਾ ਦਸਿਆ ਉਹਨਾਂ 100 ਦਾਹ ਪਤਾ ਨਹੀਂ ਕੀ ਹੈ ਜੋਸਨ ਜਿਹੜਾ ਇੱਕ ਦਾਹ ਉਹਨਾਂ ਦਸਿਆ ਨਾ ਮਸ਼ਰਕ ਨੇ ਪਾਸੇ ਨੇ ਬੰਦਿਆਂ ਉਹ ਆਖਰੀ ਦਾਹ ਹੈ ਉਹਨਾਂ ਦਾ ਜਿਸ ਲਾ ਸਮਝਣ ਪਿਆਰਨੇ ਤੋ ਆਖਰੀ ਦਾਹ ਮਾਰਨੇ ਤੋ ਉਸਨੇ ਬੰਦੇ ਨਹੀਂ ਨਬਜ਼ਾਂ ਖਲੀ ਗਸਨੀਆਂ ਅੱਖਾਂ ਚ ਪਾਣੀ ਛੁੱਟੀ ਗਸਨਾ ਨੱਕਾਦਰ ਖੂਨ ਅਚਨ ਲਈ ਪਣਾ ਤਾਂ ਬੰਦਾ ਬੇਸਖਤਾ ਮਰੀ ਜਾਣਾ ਉਹ ਬੜਾ ਘਬਰਾਇਆ ਹੋ ਸਕੇ ਯਾਰਾ ਹੋਰ ਤੇ ਚਲੋ ਦਾਸ਼ ਆਉੜੇ ਮਰਨੇ ਵਾਲਾ ਦਾ ਅੱਲਾ ਮਾਫੀ ਦੇ ਇਹ ਮੈਂ ਪਤਾ ਨਹੀਂ ਮਾਣਾ ਕਿਆ ਕਰਸਣ ਜਿਹੜਾ ਦਿਹਾੜਾ ਮੁਤਫਕ ਹੋਇਆ ਜ਼ਾ ਦਿਹਾੜੇ ਪਰ ਜਿਹੜਾ ਕੁਸ਼ਤੀ ਸ਼ੁਰੂ ਹੋਈ ਉਹ ਤੇ ਜਾਣਾ ਪਹਿਰਵਾਨ ਸਾ ਉਸ ਲਪੜੀ ਦੇ ਪਹਿਲੇ ਹਾਂ ਜਿਹੜਾ ਗੇਰ ਪਿੜਾਇ ਤੇ ਨੱਕਾ ਪਰ ਆ ਬੜ ਗਿਆਣਾ ਲਾਲਾ ਤੂੰ ਜਾਓ ਉਸਾ ਕਿਹਾ ਉਹ ਤੁਹਾਡੇ ਹੋਣ ਮਾੜੀ ਬੇਇੱਜ਼ਤੀ ਵਾ ਤੂੰ ਨੱਕਾ ਤੂੰ ਜਾ ਉਹ ਥਮੀ ਧਮੀ ਦੇ ਨਿੱਕੇ ਕੀ ਅੱਗੇ ਕਰੀ ਛਟਿਆ ਉਸ ਕੀ ਆਖਰ ਲਗਾ ਜਿੱਲਾ ਮਿਆ ਆਖਸਾ ਨਾ ਚੂੰਦਾ ਮਾਰ ਤਸਲੇ ਮਾਰਿਆ ਠੀਕ ਹੈ ਜੀ ਕੁਸ਼ਤੀ ਸ਼ੁਰੂ ਹੋਈ ਪੀ ਉਹ ਜਿਹੜਾ ਪਹਿਲਵਾਨ ਸਾਰਾ ਉਸ ਲਪੜੀ ਦਾ ਅਕਵਰੀ ਫਟਾ ਕੇ ਥੱਲੇ ਜੜੇਗੀ ਇਹ ਪੈਂ ਲਾਸ਼ ਪੂਰੀ ਹੋਇਆ ਸਾਹ ਹੈ ਲੜੀ ਨਾ ਵਾ ਥੱਲਾ ਤ ਫੇਰੀ ਦਾ ਦੂਸਨੇ ਉੱਪਰ ਕੀਤੀ ਇਹਨਾਂ ਤਾਂ ਬੜਾ ਭਰਾ ਬੋਲਿਆ ਤਾਂ ਨਾ ਮਾਰਨਾ ਟੂੰ ਦਾ ਹੁਣ ਟਾਈਮ ਹੀ ਨਾ ਕਿਉਂ ਲਗਣਾ ਹੀ ਮਾਰੀ ਕੋ ਸੁਣ ਉਹ ਜਿਸ ਨੇ ਇਹ ਆਵਾਜ਼ ਕੱਢਿਆ ਨਾ ਤਾਂ ਉਹ ਥਲਵਾਂ ਜਿਹੜਾ ਪਹਿਰਵਾਨ ਸਾ ਬਾਦਸ਼ਾਹ ਆਲਾ ਉਹ ਕਬਰਾਈ ਜਾਉ ਦਾ ਕਿ ਹੁਣ ਤੇ ਮਾਰੀ ਬਹੁਤ ਆ ਗਈ ਉਹ ਸਾਥੀਆਂ ਖਲਿਆੜੀ ਸਟੇ ਅੱਖੀ ਉਸਨੀਆਂ ਕਬਰਾਟਾਂ ਨਾਲ ਖਲੀ ਗੀਆਂ ਤਾਂ ਬੰਨਿਆ ਤਾੜੀਆਂ ਮਾਰੀਆਂ ਉਹ ਨਾ ਕਿ ਜੀ ਇਹ ਪਰਵਾਨ ਮਸ਼ਰਕ ਆਲਾ ਪਹਿਰਵਾਨ ਤੇ ਜਿੱਤੀ ਗਿਆ ਹਮ ਬਾਸ਼ਾ ਪਰ ਕੀਤੀ ਨੇ ਬਾਦਸ਼ਾਹ ਪੁੱਛਿਆ ਉਸ ਦੂਏ ਦੇਲਾ ਉਸ ਆਖਿਆ ਉਹ ਤੂੰ ਕੀ ਹੋਇਆ ਕਿ ਚੰਗਾ ਭਲਾ ਪਿੰਡਿਓ ਉਸ ਕੀ ਥੱਲੇ ਹਟਾਇਆ ਈ ਤਾਂ ਤੂੰ ਕਬਰਾਈ ਗਿਆ ਤੇ ਤੁਹਾਡੀਆਂ ਅੱਖੀ ਉਸ ਆਖਿਆ ਬਾਦਸ਼ਾਹ ਸਲਾਮਤ

ਤੇ ਬੰਦਾ ਬੇਸਾਕਤਾ ਮਰੀ ਕਿਸਨਾ ਜਿੰਦਾਬਾਦ ਤੁਸੀਂ ਕੀ ਹੁਣ ਥੋੜਾ ਜਿਹਾ ਅੱਗੇ ਵੀ ਇੱਕ ਦੋ ਚੀਜ਼ਾਂ ਹੋਰ ਵੀ ਦਸਾਂ ਫਿਲਹਾਲ ਜਿੰਦਾਬਾਦ ਅੱਲਾ ਬਾਦ ਰੱਖੇ ਬਸ